Japon. Aê! Tira o! Aê! 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 Mas que ó! ਤੇਰੀਆਂ ਤੱਕੜੀਆਂ ਓਏ ਆ ਚਿੱਟੇ ਦੰਦ ਸੁਣਾਉਣ ਨਹੀਂ ਰਹਿੰਦੇ ਤੇ ਟੁੱਟੇ ਦੰਦਾਂ ਚ ਹਵਾ ਨਿਕਲਦੀ ਮੈਂ ਕਿਹਾ ਚਰਾਓ ਕੀ ਆ ਉਹ ਮੇਰਾ ਯਾਦ ਹੀ ਉਹ ਪਾਰਟੀਸ਼ਨ ਦਾ ਟਾਈਮ ਉਹ ਜਿਹਦਾ ਸਿੱਖ ਦੀ ਕੁੱਛੜ ਚ ਡਿੱਗ ਪਈ ਸੀ ਤੇ ਜੇ ਮੈਂ ਨਾ ਝੋਪਦਾ ਤੇ ਫੇਰ ਫੇਰ ਕੀ ਸੀਗਾ ਜਿਹਦੇ ਹੱਥ ਆਣਾ ਸੀ ਉਹਨੇ ਵਿਆਹ ਲੈਣਾ ਸੀ ਮੈਨੂੰ ਤੂੰ ਮੇਰੇ ਸਾਣ ਕੀਤਾ ਨਾ ਮੁਰਾਦਾ ਅੱਛਾ ਹੁਣ ਸਾਡਾ ਸਾਣ ਹੀ ਨਹੀਂ ਮੈਂ ਤਾਂ ਪਛਤਾਨੀ ਆ ਤੈਨੂੰ ਉਹ ਤੇਰਾ ਬੇੜਾ ਤਰ ਗਿਆ ਉਸ ਵੇਲੇ ਰੁੱਕੇ ਮਾਰਨੀ ਸੀ ਹੁਣ ਭਾਂਡੇ ਮਾਰਨੀ ਹੈ ਨਾ ਮੁਰਾਦਾ ਤੂੰ ਤੇ ਮੇਰੀ ਜਵਾਨੀ ਤੂੰਬਾ ਤੂੰਬਾ ਕਰ ਛੱਡੀ ਆ ਮੈਂ ਤੇ ਰੱਬ ਅੱਗੇ ਦੁਆਵਾਂ ਕਰਨੀ ਆ ਰੱਬ ਕਰੇ ਯਾ ਤੂੰ ਮਰ ਜਾ ਯਾ ਮੈਂ ਬੇਵਾ ਹੋ ਜਾਵਾਂ ਤੇਰਾ ਕੱਖ ਨਾ ਰਵੇ ਹਰ ਕੰਮ ਚ ਆਪਣਾ ਹੀ ਫਾਇਦਾ ਸੋਚੀ ਯਾ ਤੇਰਾ ਚਿੱਕੜ ਖਾਣ ਵਾਲੀ ਪਤੰਗ ਤੇਰਾ ਮੂੰਹ ਹੈ ਹਏ ਹੁਣ ਮੇਰਾ ਮੂੰਹ ਪਤੰਗ ਵਰਗਾ ਹੋ ਗਿਆ ਮੈਂ ਤਾਂ ਉਹ ਜ਼ਮਾਨਾ ਭੁੱਲ ਗਿਆ ਉਹ ਕਿਹੜਾ ਜਦੋਂ ਮੇਰੇ ਘਰ ਦੇ ਇਰਦ ਗਿਰਦ ਸੀਟੀਆਂ ਮਾਰਦਾ ਹੋਇਆ ਲੰਘਣਾ ਸਾ ਮੈਂ ਕਿਉਂ ਤੁਸੀਂ ਵੀ ਤੇ ਪਹਿਲੀ ਸੀਟੀ ਤੇ ਕੜਾ ਕੜਮ ਕਰਕੇ ਬਾਰੀ ਚ ਆ ਜਾਂਦੇ ਸੋ ਉਹ ਮੈਂ ਤੇਰੇ ਵਾਸਤੇ ਥੋੜੀ ਆਨੀ ਸਾ ਨਾ ਤਾਂ ਉਹ ਤੇ ਮੈਂ ਕਿਸੇ ਹੋਰ ਲਈ ਛੱਡ ਪੁਰਾਣੀਆਂ ਗੱਲਾਂ ਕੇ ਐਵੇਂ ਛੱਡ ਦਈ ਏ ਉਹ ਤੇ ਮੈਂ ਐਵੇਂ ਤੱਕ ਨਹੀਂ ਸਾ ਅੱਛਾ ਐਵੇਂ ਤੱਕ ਦੇ ਸੋ ਹਾਂ ਤੇ ਜਿਹੜਾ ਉੱਤੋਂ ਰੁਮਾਲ ਆਇਆ ਸੀ ਉਹ ਤੇ ਮੇਰੇ ਹੱਥੋਂ ਜਾ ਪਿਆ ਸੀ ਤੇ ਸਲਾਮੇ ਮੱਫਾ ਤੁਹਾਡੇ ਪਿਉਣੇ ਲਿਖਿਆ ਸੀ ਐਦਾਂ ਤਾਂ ਹੋਈ ਰਾ ਕਿਤੇ ਮਿਲੇ ਵੀ ਨਹੀਂ ਰਾਜਕਪੂਰ ਨਾ ਤੂੰ 46 ਮਾਡਲ ਦੀ ਨਰਗਸ ਨਾ ਚੰਗੀ ਨਾ ਔਲਾਦ ਚੰਗੀ ਕਿੱਥੋਂ ਪੇ ਪੈ ਹੋ ਮੇਰੇ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਨਾ ਤੂੰ ਹੱਥ ਧੋ ਕੇ ਮੇਰੀ ਔਲਾਦ ਤੇ ਪੇਸ਼ਕਾਂ ਦੇ ਲਈ ਪੈ ਉਹ ਤੇਰਾ ਕੱਖ ਨਾ ਰੋ ਓਏ ਮੱਲੇ ਵਾਲਿਆ ਛੱਡ ਮੈਂ ਛੱਡੀ ਆ ਅੱਜ ਪੰਜਾਬ ਦੀ ਧੀ ਬੇਵਾ ਹੋ ਲੱਗੀ ਆ ਤੂੰ ਪੰਜਾਬ ਦੀ 70 ਸਾਲਾ ਧੀ ਉਹ ਕਿਹੜੇ ਪੰਜਾਬ ਨੇ ਕੁੱਬੀ ਫਸਲ ਬੋਈ ਓ ਚੰਗੇ ਭਲੇ ਪੰਜਾਬ ਤੇ ਕੀ ਇਲਜ਼ਾਮ ਲਾਉਣ ਡਈ ਆ ਪੰਜਾਬ ਦੀ ਧੀ ਤੇ ਕਤਲ ਦੀ ਸਜ਼ਾ ਮੌਤ ਨਾ ਹੋਵੇ ਮੈਂ ਸਣੇ ਤੇਰੇ ਸਾਰੀ ਔਲਾਦ ਆਪਣੀ ਹੱਥੀ ਮਾਰ ਦੇ ਆ ਮਾਰ ਦੇ ਨੀਲਾ ਥੋਥਾ ਦੇ ਦੇ ਸਾਨੂੰ ਉਹ ਦੇ ਦੋ ਨੀਲਾ ਥੋਥਾ ਮੈਂ ਤੁਹਾਨੂੰ ਨੀਲਾ ਥੋਥਾ ਤੇ ਆਪਾਂ ਦੀ ਜਿਹੜੀ ਕਾਰੀ ਤੇ ਮੈਂ ਮਾਰੀ ਤੇ ਅੱਲਾ ਦੀ ਸ਼ਾਨ ਹੈ ਨਾ ਕਾਰੋਬਾਰ ਲੋਕਾਂ ਦੇ ਜਵਾਈ ਹੁੰਦੇ ਨੇ ਸਾਡੇ ਘਰ ਅੱਲਾ ਮੇ ਲਾਕੜਾ ਕਾਕੜਾ ਭੇਜਦਾ ਇਧਰ ਆ ਚੰਗੜਾ ਦੇ ਕੌਂਸਲਰ ਆਪੇ ਵੋਟ ਦੇ ਕੇ ਆਪੇ ਦਲੀਲ ਕਰਦੇ ਹੋ ਐ ਵੇਖੋ ਤੁਹਾਡਾ ਕੰਮ ਰੇੜ ਪਿਆ ਤੇ ਕੀ ਲੈ ਕੇ ਦਿੱਤਾ ਹੈ ਇਸ ਤਰ੍ਹਾਂ ਲਖਲਾ ਬਹਿ ਚਾਰ ਪੈਸੇ ਦੇ ਇਕੱਠੇ ਹੋਣ ਨੇ ਉਹ ਕਹਿੰਦੇ ਨਾਲ ਕੇ ਵੱਡੇ ਨੂੰ ਮਿਲਿਆ ਅੱਪਾ ਜੀ ਕੀ ਆ ਤੁਹਾਡੇ ਵੀ ਤਾਂ ਸੁਣੋ ਕਿੱਥੋਂ ਤੁਸੀਂ ਗਏ ਸਾਨੂੰ ਕੋਲ ਤੇ ਫਟਾ ਕੇ ਤੇ ਆਮ ਮਰ ਜਾਣਾ ਪਰ ਟੀਟਮ ਮੈਂ ਕਰਦਾ ਮੈਂ ਇਹਨਾਂ ਨੂੰ ਤਾਂ ਬਾਕਸ 'ਚ ਬਿਠਾਇਆ ਤੇ ਧੁੱਪੇ ਤੇ ਨਹੀਂ ਬਿਠਾਇਆ ਇਹਨਾਂ ਦਾ ਖਰਚਾ ਵੀ ਇਹਨਾਂ ਨੇ ਕੀਤਾ ਕਿਹੜਾ ਖਰਚਾ ਤੇ ਤੂੰ ਅੱਧੀ ਬੋਤਲ 7-Up ਦੀ ਨਹੀਂ ਪੀਤੀ ਕਿਹੜੀ ਅੱਧੀ ਬੋਤਲ ਜਿਹੜੀ ਮਾਈ ਕੋਲੋਂ ਲੈ ਕੇ ਦਿੱਤੀ ਤੈਨੂੰ ਇੱਕ ਮਾਈ ਪੀਣੀ ਸੀ ਮੈਂ ਕਿਹਾ ਮਾਈ ਹੁਣ ਬੱਸ ਕਰ ਅੱਧੀ ਪੀ ਲਈਏ ਤੂੰ ਉਹਨੇ ਕਿਹਾ ਬੱਚਾ ਮੈਨੂੰ ਹਜ਼ਮ ਨਹੀਂ ਹੋਣੀ ਆਦਾ ਫੜ ਉਹ ਇਹਨੇ ਪੀਤੀ ਉਹਨੇ ਬੱਚਿਆਂ ਕੋਲੋਂ ਮੈਂ ਗਨੇਰੀਆਂ ਖੋਲ ਤੇਰਾ ਬੇੜਾ ਤਰ ਜਾ ਓਏ ਮੇਰੀਆਂ ਧੀਆਂ ਨੂੰ ਜ਼ਕਾਤ ਤੇ ਪਾਲਦਾ ਰਿਹਾ
इज्जत कहां होते हुए कहां होते आजकल ये काम कर रहे हो सारी आदत मेरे वाली ने तेरे जो है अब भाई मुझ ठीक करो 18 मिनट पीछे जे जवाई की है मुसरा शहीद रख ली घर मैं उधार तो नहीं ना रखना मैं अगे टोरना भाई जनाब तुसी तो नहा के आए हो चुप ए ठंडी फेंडी आओ अबे तुसी हर वेले ओनू मारते रहते हो साडी माई नू है ओ तुहाडे नो वड्डी है कि छोटी है तू मेरा जिड्डी ले आ यार जा मेडिकल स्टोर बंद ने हुन कर ली सी नाम राधा कालिया कन्ना रिया तैनू किन्नी वारी क्या साडीया गल्ला ही ना बोलिया कर खबरदार मेरा मसाकी खुदा मैं जो मर्जी करा ओ मेरी पलेठी दी बुड्डी है जो मर्जी करे अल्ला पर तेरा वे किड्डी सियाणी हूं मार के इंज बैठ जांदी जे रिकॉर्ड ते कुत्ती बैठी हुंदी है हाय और बाद धुप सेक ला पंदी कोई नहीं गिल्ली गिल्ली है ना ओ कसम आ लिया हां जी आई गल ते दस हां जी आ इट गरम करन दी की लोड़ है प्यो नु रख ले थल्ले यार इधर ना सियापा नु जमीनी जंग शुरू आ जा फिर जमीनी जंग दी फिर हाकी उधर खेल दियो गोल मेनू कर दियो तेन किने क्या डीज फेर ओए ओ पियू अंदर ओए पियू ओए अंदर ओए अंदर ओए आ गा थोड़ा पहाड़ ना ओ कादा पहलवान ओए लकड़ ला यार गल ते पहले ओ यार कादा तू मेरे ना मन पता खेलदा रिया ओ बल्लो गल मैं बल्लो ओ बलोरी ओए अंदरून शहर च इने कुआई दा अंदरो मैं शहर भंग ने अंदर फड़ गया ओए अपना की ना है तेरा अबू जेल मैं क्या अब्बा जी हां ए तियां किथे किथे वे आई आजे ओए सुनया तन्नू किसे ने बड़ी बेदर्दी नाल पिंजी है अरे मुझे तो भाई पुलिस वालों ने इस तरह मारा है ओए होए होए बार मार रहे हो नहीं तू नहीं मार सकता कभी बुराई भी मुकी है बाबा मेरी बड़ा ही मलूस ए मुंह गलती नाल इस पिंडे ते लग गया हालांकि लगने इनू किसे मोरी ते चाहिदा सी ਉਸ ਮਾਲੀ ਤੇ ਜਿੱਥੇ ਤੂੰ ਟੱਕੇ ਕੱਢਣਾ ਅੱਬਾ ਜੀ ਪੈਸੇ ਲੱਭ ਦੇ ਬੜਾ ਹੀ ਨਾਸ਼ੇ ਨੂੰ ਤੇਰਾ ਐਡਾ ਬਲੂਸ ਹੈ ਮਾਂ ਐਡਾ ਬਲੂਸ ਹੈ ਨਲਕਾ ਇਹਨੂੰ ਵੇਖ ਕੇ ਮੱਠੇ ਤੇ ਚੂੜੀ ਪਾ ਲੈਂਦਾ ਹਮਾਮ ਵਾਲੇ ਨਹਾਉਣ ਨਹੀਂ ਦਿੰਦੇ ਕਿਸੇ ਪਾਸੇ ਦੀ ਜਾ ਨਹੀਂ ਹੋਈ ਤੇ ਨਹਿਰ ਤੇ ਨਹਾਉਣ ਚਲਾ ਗਿਆ ਇਹਨੇ ਨਹਿਰ ਚ ਛਾਲ ਮਾਰੀ ਪਾਣੀ ਦੇ ਬਾਹਰ ਛਾਲ ਕੱਢ ਮਾਰੀ ਪਾਣੀ ਨੇ ਕਿਹਾ ਨਹਿਰ ਚ ਸੀ ਰਹਿਣਾ ਜਾਂ ਤੂੰ ਰਹਿਣਾ ਮੈਂ ਉਸ ਨਹਿਰ ਦੇ ਡੱਡੂਆਂ ਨੂੰ ਪੁੱਛਿਆ ਮੈਂ ਕਿਹਾ ਭਾਈ ਤੁਹਾਡਾ ਕੀ ਹਾਲ ਹੈ ਕਹਿੰਦੇ ਜਦੋਂ ਦੀ ਉਹ ਜ਼ਲਾਲਤ ਨਾਕ ਗਈ ਸਾਡੀਆਂ ਉਲਟੀਆਂ ਨਹੀਂ ਪੈਨੂੰ ਐ ਵੇਖਿਆ ਜੀ ਭਾਈ ਕਿਸੇ ਮੈਨੂੰ ਦਲੀਲ ਕਰਦਾ ਅਰੇ ਉਹਨੂੰ ਪਤਾ ਪੁੱਛਦੇ ਲਾ ਪਹਿਲੇ ਮੈਂ ਨਹਿਰ ਦੀ ਛਾਲ ਮਾਰੀ ਹੈ ਬਾਹਰ ਖਲੋਤੇ ਸਨ ਪਾਣੀ ਨਹੀਂ ਕਿਹਾ ਹੋਇਆ ਆਈ ਉਹਨਾਂ ਦੀ ਛਾਲ ਤੂੰ ਮਾਰਦੀ ਪਾਣੀ ਤੂੰ ਤੇ ਹੁਣ ਬੇਟਾ ਲੌਜਿਕ ਦੇਣ ਲੱਗ ਪਿਆ ਨਾ ਉਹ ਨਹਿਰ ਤੇ ਕਦੋਂ ਨਹਾਉਂਦਾ ਉਹ ਤਾਂ ਗੰਦੇ ਨਾਲ ਜੀ ਡੁੱਬੀ ਲਾਰਦਾ ਚਿੱਕੜ ਨਾਲ ਕਹਿੰਦਾ ਸ਼ੈਂਪੂ ਹੈ ਉਹ ਇੱਕ ਦਿਨ ਮੈਂ ਗਲਤੀ ਨਾਲ ਨਾ ਗੰਦੇ ਨਾਲ ਦੀ ਛਾਲ ਮਾਰੀ ਤੇ ਅੱਪਾ ਹੀ ਪਹਿਲੇ ਮੈਂ ਉਹਨੇ ਦੇ ਉੱਤੇ ਮਾਰ ਦਿੱਤਾ ਮੇਰਾ ਬੇੜਾ ਤਰਜੇ ਮੇਰੀ ਹੋਦੀ ਤੇ ਨਜ਼ਰ ਰੱਖੀ ਤੂੰ ਹਾਂ ਬੜਾ ਦੇਸ਼ ਜੀ ਅੱਲਾ ਮਾਫੀ ਦੇਵੇ ਭਲਾ ਚੱਲ ਇਹਦਾ ਬੋਲਾ ਮਾਰਿਆ ਐਡਾ ਬੋਲਾ ਮਾਰਿਆ ਤੌਬਾ ਮੇਰੀ ਤੌਬਾ ਬੰਦਾ ਬਣ ਐਡਾ ਬੋਲਾ ਮਾਰਿਆ ਇੱਕ ਦਿਨ ਇਹ ਤੇ ਮੈਂ ਜੰਗਲ ਚ ਪੈ ਲੱਗੀ ਹਾਂ ਅੱਗੋ ਇਹ ਤੇ ਜਿੰਨ ਆ ਗਿਆ ਉਹਨੇ ਮੈਨੂੰ ਵੇਖਿਆ ਕਹਿੰਦਾ ਆਦਮ ਬੋ
میرے پیچھے لگ گیا جن نے نک تے رومال رکھ کے کہا یار بڑی بو جن نے سانو معاف نہیں سی کرنا تے اما دا نام لیا تے چھڈیا گل ہے گل کر لے گل کیا سی اے دنا بیاہ نہ کر تو میں کہلی تھا کر لے چار دن جینے ہیں میں نے نہیں کی پتہ سی لیچڑی ہو جانا پیچھے پہلی آتشی مادہ چل جا گئی منٹ سکون نہیں لین دیتا کی گل ہے ویاہ تو بعد سکون ہوندا ہی نہیں کرے اس گندگی کو سلا کی آت نہ لیا گئی ہے بڑے ہی غریبا نو کیا مارنا جی مینوں پھڑاؤ میں پنڈ کوٹھے تے لاؤنا میں جمیا پرانا جمیا ایڈا پرانا بھی شاہی قلعے چ راجا کا کام کرتا رہا کہ آپ ہی لوا کے ایسا میں کی کرتا تلاشی لینا رہنا تلاشیاں لے آتے نہ بنتے نے کہ آج پھلے خاک گھر کی تلاشی لی گئی میلا ٹیت کچور پنویا برامد ہوا میلا پنویا برامد ہوا پیا کر مان لیا یا کرو یا منوس ہے توبہ میری توبہ ایڈا منوس ہے جس دن جمیا نا میں جس دن جمیا اس دن ہر شہر چ ایک ایک دائی مری انہوں نے کیا جے اس کام دا اخیر ہے وے تے پھڑے مو اس کام دا نہیں تاڈا نے مینوں میرے ابا ہی نہیں دسیا ہویا تیرا ابا کدوں سی تو تے بڑی تجربے نال ہے چلو جی میں تجربے نال بنیا تجربہ پٹھا پیا تے مینوں گھر لین دے جی جدو تسی تین ایٹھے برا جمے نا والے نے کیا چلو انہوں مار کے دے گیا انہوں نے گھر پھر منڈا ہوا ایک بابا سی جتیاں گنڈنیا او کاکا ادھر آؤ تھی اپنا کام کرو انہوں نے تو روز نہ کوتا کھانا جاؤ امید نہیں پیو نو سارے جان نے آ کے گرے بانو پھاڑ لیا انہوں نے کہا جی ملے داری چ کچھ کرنا ہی ملا چھڈو چلو میری ماں جڑی مری ہو غیرت والی سی مینوں ویندی مر گئی تہاڈی اجے جیوندی ہے ساڈی جیوندی او دی اک وجہ کی اونے کہ زلالت مکڑی ہے تے بدام دینے میں لے بچہ میں کدا جونی ہاں جدوں نہ تینا ویاہ آئی اپنی تھی میں تے اودے دی مر چکی ہاں اے تے اویں بس اللہ واسطے پھرن ڈئی ہاں میں رہن دے چل جان کر تو تے گرم کر کے لیا گرم ہو گیا اندر چل کے پی لو دودھ نہ پیا اینو دودھ نہ پیا بلکہ دودھ میں اس کو پھینک تاکہ دودھ کو نظر نہ لگے اینو پھینک کنالی اے دے اگے رکھے دی سنگلی ٹلی چھڈ اے انج مکائے گا اچھا مکانا میں دودھ پتا اینو دسو میں تو لاتا دے دے او تو مکانا انہیں چٹنے ہوئے بھائی تو بچیا نہیں ہرکتا نہ کرو
ਚਾਦਰ ਖੋਲ ਕੇ ਸਿਰ ਤੇ ਲਿਆ ਕਰ, ਇੰਝ ਲੱਗਦਾ ਸਾਰੇ ਤੁਸੇ ਵੇਖ ਕੇ ਨੇ, ਇੱਕ ਰਹਿ ਗਿਆ, ਇੱਕ ਰਹਿ ਗਿਆ, ਉਹਨੂੰ ਐਵੇਂ ਨਹਿਸ਼ ਨੇ ਹੱਥ ਲਾਤਾ, ਉਹਨੇ ਨੀ ਰਹਿਣਾ। ਮਾਈ ਨੇ ਵਿਚਾਰੀ ਨੇ ਠੰਡੀ ਚਾਦਰ ਲਈ, ਆਪ ਐ ਗਰਮ ਚਾਦਰ ਫਿੜਮ ਤੇਰਾ। ਐ ਪਹਿਲੇ ਬੋਸ ਕੀ ਦਾ ਹੁੰਦਾ ਸੀ, ਐ ਬੋਸ ਕੀ ਦਾ ਹੁੰਦਾ ਸੀ, ਤੂੰ ਇੱਕ ਦਿਨ ਪਾਇਆ ਮਲੇਸ਼ੀਆ ਦਾ ਹੋ ਗਿਆ। ਤੇਰੇ ਮੂੰਹ ਕੱਲਾ ਰੱਖ। ਐ ਤੁਹਾਡਾ ਅੱਬਾ ਹੁੰਦਾ ਸੀ ਜਦੋਂ ਤੇ ਤੁਸੀਂ ਜੰਮਿਆ ਢੋਲ ਵਜਾਉਣ ਲੱਗ ਪਿਆ। ਲਕਸ਼ਮੀ ਚੌਂਕ ਦਾਲ ਚੌਲ ਨੀ ਵੇਚਦਾ, ਟੋਪੀ ਪਾਈ ਹੈ। ਮੈਂ ਦਾਲ ਚੌਲ ਵੇਚਣਾ ਲੇਕਿਨ ਗੰਦੇ ਮਸਰ ਨੀ ਵੇਚਦਾ। ਤੇ ਮੈਨੂੰ ਕੀ ਕਹਿਣਾ, ਉਹਨੂੰ ਪੁੱਛ ਜਿਹਨੇ ਕਿਹਾ ਰੋਡ ਆ ਗਿਆ ਵਿੱਚ। ਇਹ ਜਿਹੜੀ ਸਾਡੀ ਮਾਈ ਹੈ, ਹਾਂਜੀ, ਇਹ ਅੰਗਰੇਜ਼ਾਂ ਨਾਲ ਗੱਦਾਰੀ ਕਰਕੇ ਲਈ ਸੀ। ਆਪ ਦੱਸ ਹੱਦ ਹੋ ਗਈ ਤੇਰਾ ਬੇਰਾ ਨੀ ਮਾਈਏ, ਆਪਣੇ ਵੀ ਜਾ ਬਦਲ ਵਿੱਚੋਂ। ਨਾ ਮੁਰਾਦਾ ਪਿਓ ਵੀ ਬਦਲ ਵਿੱਚੋਂ। ਆ ਪਿਓ ਬਦਲ, ਇਹਨੂੰ ਸ਼ਰਾਦਾ ਚਾਰ ਲੱਸ ਲਿਆ ਦੇ। ਉਹ ਇਹਦਾ ਚਾਰ ਲੱਸ ਨਾਲ ਕੀ ਬਣਨੇ, ਇਹਨੂੰ 6 ਲੱਸ ਨਾਲ ਲਿਆ ਦਈਏ। ਵੇ ਵੇ ਤੈਨੂੰ ਕਿੰਨੀ ਵਾਰੀ ਸਮਝਾਇਆ, ਪਾਗਲ ਦੇ ਪੁੱਤਰਾਂ ਨੇ ਪੂਰੇ ਘਰ ਨੂੰ ਮਦਾਨੇ ਜੰਗ ਬਣਾਇਆ। ਬੜੀ ਗੱਲ ਬਈ, ਲਓ ਜੀ ਜ਼ਿੰਦਗੀ ਚ ਪਹਿਲੀ ਜਿਹੜੀ ਸਾਡੇ ਘਰ ਇਹਦੇ ਚਮਨ ਘਨੀਟ ਪਰਾਉਣੇ ਆਏ ਨੇ, ਇਧਰੋਂ ਤੱਕਿਆ ਜ਼ੀਨਤ ਮਾਰਨ ਲੱਗੀ। ਅਗਲਾ ਦੀਦਾਰ ਨਾਲ ਪੈਣੀ ਹੈ, ਕਿੱਥੇ ਮੇਰਾ ਮੌਲਾ? ਉਹਨੂੰ ਤੇ ਸ਼ਬਸਤਾਨ ਚੋਂ ਲੱਥਿਆ ਕੋ 12 ਕੁ ਸਾਲ ਹੋ ਗਏ। ਮੇਰਾ ਭਰਾ ਹੁਕਮ ਦਾ ਹੀ ਇੱਕ ਹੈ, ਮਾਂ ਨੇ ਕੁਰਤੀ ਦਿੱਤੀ ਹੈ ਕਤਲੀਆਤ ਦੀ, ਕਤਲੀਆਤ ਫਾਲੋ ਕਰਨੀ ਹੈ। ਇਟ ਮੀਨਸ ਸ਼ਹਾਦਤ ਕੋ ਵਾਜਨਾ, ਇਸਕੋ ਕਹਿੰਦੇ ਹੈ ਕਤਲੀਆਤ। ਬੜੀ ਜਲਦੀ ਉਹਨੇ ਕਤਲ ਹੋ ਜਾਣਾ ਜਾਂ ਕਤਲ ਕਰਕੇ ਜੇਲ੍ਹ ਟੁੱਟ ਜਾਣਾ, ਫਿਰ ਤੁਸੀਂ ਪਾ ਲੈਣੀ ਹੈ ਸੁਆਹ, ਮੂੰਹ ਕਰ ਲੈਣੇ ਜੰਗਲਾਂ ਤੇ ਹੋਕਾ ਪਤਾ ਕੀ ਹੋਣੇ। ਹਾਏ ਹਾਏ ਹਾਏ, ਬੜੀ ਗੱਲ ਹੈ ਭਾਈ, ਹੋਕਾ ਹੋਣਾ ਹੀ। ਹੋ ਨਾਜ਼ੁਕ ਚੁਰਲ ਬਲੂਕ ਸਸੀ ਦਾ, ਤੇ ਬੇਟਾ ਫੁਰਲ ਪਟਾ ਖਾ ਫੋੜੇ ਖੂ, ਚੀਰ ਚ ਪਾੜ ਚ ਪੀਰ ਚ ਕੁੱਲਾ, ਤੇ ਬੇਟਾ ਚੁਰਲੂ ਚਪਲ ਚ ਪੀਟਾ। ਐਰੋ ਮਤਲਬ ਪਤਾ ਕੀ ਹੋ? ਕੀ ਹੋ? ਚੁਰਲੂ ਪਤਾ ਕਸੀਰ ਚ ਪਾਰੋ, ਗੜਬਕ ਛੱਲੋ ਨੀ ਕਰਨਾਰੋ, ਹੜਬੜ ਬੋਲੋ ਚੀਨ ਕਾ, ਚੜ ਚੱਲ ਚ ਪੀਰਾ ਹੰਬਾ ਹੂ। ਲਾਣਤ ਪਾਸ ਕੋ ਖੂਲੀ ਖਚਰੀ ਜਾਟ ਤੇ, ਐਦਰ ਸਾਨੂੰ ਵਾਲੋ ਕਰ, ਜੁਆੜ ਝਾੜ ਬੰਦੇ ਆ, ਉਤੋਂ ਸਫਿਸਟੀਕੇਟਡ ਵੀ ਆ ਤੇ ਨਾਲੇ ਫਾਲੋ ਦਾ ਤੇਰਾ ਸੱਕੇ ਜਾਵਾ ਪੁਆਇੰਟ। ਮੈਂ ਕਹ ਨਜੀ ਕਬੂਲ ਆ ਤੇ ਤੈਨੂੰ ਮੈਂ ਔਰ ਤੇਰਾ ਖਾਣਾ ਬੁਲੰਦਿਆ ਆਵਾਜ਼ੇ ਬਜਾਏ। ਚਲੋ ਇਹ ਵੀ ਠੀਕ ਹੈ,
ਮੇਰਾ ਖੂਨ ਔਰ ਖੂਨ ਦੀ ਗੱਲ ਕੀਤੀ ਹੋ ਫਿਰ ਕੰਮ ਤੇ ਖਲੋ ਗਿਆ ਦੋ ਵਜੇ ਤੋਂ ਪਹਿਲਾਂ ਪਹਿਲਾਂ ਉਹਨੂੰ ਭੈਣ ਕਾ ਤੂੰ ਕਹਿ ਦੇਗਾ ਮੇਰੇ ਚ ਤੇ ਇੰਨੀ ਹਿੰਮਤ ਹੀ ਨਹੀਂ ਦਫਾ ਕਰਾ ਜਿੱਥੇ ਜਿੱਥੇ ਲੱਗੇ ਆ ਠੀਕ ਹੈ ਤਬੀਅਤ ਸਾਰੀ ਮੇਲ ਤੇ ਚਲੀ ਗਈ ਇਹਦੀ ਕਿਸੇ ਗੱਲ ਨੂੰ ਫਾਲੋ ਨਾ ਕਰਨਾ ਤੇ ਮੇਰੀ ਕਿਸੇ ਵੀ ਗੱਲ ਨੂੰ ਸੁਝਲਾਟੂ ਨੀ ਜੇ ਸਮਝਣਾ ਕੀ ਲਾਟੂ ਲੂਟੂ ਚਲਾਉਂਦੇ ਪਿਆ ਮਾਫ ਕਰ ਦੇ ਭੈਣੇ ਜਾਈਏ ਉਹ ਜਾਈਏ ਕਹਿ ਕੇ ਵਿੱਚ ਮਾਰਜਨ ਰੱਖ ਲਿਆ ਫਿਰ ਤਬੀਅਤ ਆ ਜਾਂਦੀ ਵਾਜੇ ਵਜਾਏ ਜਿੱਥੇ ਸੰਨ ਲਗਾਈ ਪੌੜਿਆ ਇੱਕ ਬਣ ਗਿਆ ਬਾਦਸ਼ਾਹ ਚੂ 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 ਤੇ ਤੁਹਾਨੂੰ ਦੋਵਾਂ ਨੂੰ ਮੌਤ ਨਾ ਆਈ ਹਰੀ ਮਰਾਸੀਆ ਜੀ ਸ਼ਾਹ ਜੀ ਏਡਾ ਸਲੇਟੀ ਸੈਯਦ ਪਹਿਲੀ ਵਾਰੀ ਵੇਖਿਆ ਬਈ ਤੁਸੀਂ ਦੋਵੇਂ ਤੇ ਲੋਰੀਆਂ ਦਿੰਦੇ ਹੋ ਇਹ ਲੋਰੀਆਂ ਵੈਲਡਿੰਗ ਕਰਦੇ ਓਹੋ ਮੈਂ ਲੋਰੀਆਂ ਵੈਲਡਿੰਗ ਕਰਨਾ ਇਹ ਵੀ ਟੁੱਚ ਮੇਰੇ ਹੱਥ ਦਾ ਲੱਗਾ ਹੋਈ ਓ ਮਰੇ ਤੂੰ ਅੱਲਾ ਲਵੀ ਤੂੰ ਸਭ ਕੇ ਮਰ ਜਾ ਬਸ਼ੀਰਾਂ ਤੋਬਾ ਤੇਰੀ ਜ਼ਿੰਦਗੀ ਤੇ ਖੰਜਰ ਹੱਥ ਚ ਫੜ ਕੇ ਖੰਜਰੀ ਕੋਲ ਡਰਨ ਡਿਆ ਵੱਡਾ ਬਸ਼ੀਰਾ ਵੇਖ ਲਓ ਓਏ ਬਸ਼ੀਰਾ ਕਦੋਂ ਹੈ ਬਸ਼ੀਰਾ ਕਦੋਂ ਹੈ ਕਿਸੇ ਨੇ ਧੁੰਨੀ ਵੈਲਡਿੰਗ ਕੀਤੀ ਓਏ ਵਨ ਮੈਂ ਮਰਾਸੀਆ ਓ ਤੂੰ ਸਾਰ ਚੱਟਾ ਅੱਲਾ ਲਵੀ ਨਜ਼ਰ ਹੁਸੈਨ ਜੀਵੇ ਨਿਆਜ਼ ਹੁਸੈਨ ਲੱਗਦਾ ਕਿਸੇ ਗਲਤ ਜਗ੍ਹਾ ਤੇ ਆ ਗਏ ਆ ਮੁੰਡਾ ਤੇ ਵੇਖ ਸੁਭਾਨ ਅੱਲਾ ਜੋ ਸ਼ਗਰ ਗੰਦੀ ਨੂੰ ਰੰਗ ਦਿੱਤਾ ਹੁੰਦਾ ਹੈ ਕਾਕਾ ਲੱਗਦਾ ਅਸੀਂ ਕਿਸੇ ਗਲਤ ਪਤੇ ਤੇ ਪਹੁੰਚ ਗਏ ਮੇਰਾ ਵੀ ਇਹੋ ਖਿਆਲ ਹੈ ਉਹ ਪੁੱਤ ਜਾਨੋ ਕਪੱਤੀ ਉਹ ਤੀ ਤੋਂ ਬੁਲਾ ਦਿਆ ਕਰ ਡਮਰੂ ਤੂੰ ਵੀ ਮੈਂ ਪੱਠੇ ਵਾਲੇ ਨਾਲ ਤੋੜ ਦਿਆਂਗਾ ਇੱਟ ਮਾਰਾਂਗੀ ਅੱਗੇ ਵੇਖ ਸਾਨੂੰ ਕੀ ਬਿਲਬਤਾ ਮਿਲੀਆਂ ਨੇ ਸੁਭਾਨ ਅੱਲਾ ਉਧਰ ਵੇਖ ਜੂ ਨੇਫੇ ਨੂੰ ਅੱਗ ਲੱਗੀ ਹੁੰਦੀ ਹੈ ਮਰੇ ਓਏ ਹੁਣ ਤੇ ਦੋ ਦੋ ਹੋ ਗਈਆਂ ਨੇ ਤੇ ਤੇਰੀਆਂ ਮੌਜਾਂ ਹੋ ਗਈਆਂ ਬਗਾਰਤਾ ਓਏ ਹੁਣ ਤੇ ਟੋਲੀਆਂ ਟੋਰਨ ਦਾ ਸਵਾਦ ਹੀ ਆ ਜਾਏਗਾ ਓ ਮਰਾਸੀਆ ਹਾਂ ਜੀ ਕੀ ਗੱਲ ਹੈ ਭੱਟ ਸਾਹਿਬ ਮੈਨੂੰ ਬੱਟ ਕਹਿਤੇ ਕਿਉਂ ਕਿਸੇ ਬੱਟ ਕੋਲੋਂ ਕਤਲ ਕਰਵਾਉਣਾ ਹੀ ਮੈਨੂੰ ਓ ਨਹੀਂ ਇਹ ਬੱਟ ਹੈਗਾ ਲੇਕਿਨ ਯੁਗੰਡਾ ਦਾ ਓਏ ਓਏ ਚੁੱਪ ਕਰ ਜਾ ਕੀ ਗੱਲ ਮੁੱਛਾਂ ਪੂਰੀਆਂ ਨਹੀਂ ਰੱਖੀਆਂ ਵਿੱਚ ਕੀੜਾ ਲੱਗ ਗਿਆ ਨਹੀਂ ਪੁੱਤਰ ਪਰਸੋਂ 5 ਵਜੇ ਤੇਰਾ ਪਿਓ ਆਇਆ ਸੀ ਅੰਗੂਠਾ ਲਾ ਕੇ ਤਨਖਾਹ ਲਾ ਗਿਆ ਸੀ ਓਏ ਆਫੇ ਮਰਾਸੀ ਹਾਂ ਕੀ ਗੱਲ ਓਏ ਬਾਜੇ ਬਜਾ ਕਿਹੜੇ ਵਾਜੇ ਨੇ ਜਿਹੜੇ ਇੱਥੋਂ ਵੱਜਣੇ ਨੇ ਮੈਂ ਕਿਹਾ ਮੰਨਿਆ ਤੁਸਾਨਾ ਦਾ ਤਾਂ ਸ਼ੁਕਰ ਅਦਾ ਕਰ ਕਾਹਦਾ ਭਾਵ ਲੈ ਹਾਂ ਉਹ ਸਾਡਾ ਮੁਲਕ ਵੀ ਅਮੀਰ ਹੋ ਜਾਏਗਾ ਹੁਣ ਪੁੱਤਰ ਕਾਰ 8-9 ਵਾਰੀ ਹੋਰ ਇੱਥੋਂ ਪੈਟਰੋਲ ਨਿਕਲੇ ਓਏ ਵਾਜੇ ਨਹੀਂ ਬਚਾਉਂਦਾ ਕੁੱਤੇ ਨੂੰ ਫਾਲਜ ਹੋਇਆ ਆ ਮੈਨੂੰ ਕੁੱਤਾ ਕਹੀ ਮੈਂ ਮਰੇ ਤੈਨੂੰ ਪੂਛਲ ਕੱਢ ਮਾਰੀ ਹੈ ਮੈਨੂੰ ਪੁੱਛੋ ਮਾਰੀ ਅੱਲਾ ਲਵੀ ਤੋਂ ਪਹਿਲੇ ਕਰ ਨੂੰ ਪੈਂਟਰ ਦੇ ਫਟੇ ਨੂੰ ਓਏ ਮਰਾਸੀਆ ਮੈਂ ਤੇਰੀ ਢੋਲਕੀ ਪਾੜ ਦਿਆਂਗਾ ਯਾਰ ਫੇੜਾ ਮੂੰ ਤੇਰੀ ਜੀਦਾਰੀ ਦਾ ਹੱਥ ਵੀ ਚੁੱਕਣ ਡਿਆਂ ਤੇ ਬੇਜ਼ੁਬਾਨ ਤੇ ਪੌਹਾਂ ਗਵਾਲ ਮੰਡੀ ਕਿਸੇ ਦੇ ਹੱਥੀ ਤੈਨੂੰ ਅੱਡੀ ਥੱਲੇ ਰੱਖ ਕੇ ਚਿੱਟਾ ਕਰ ਦੇਣ ਅਗਲੇ ਓਏ ਕਿਉਂ ਕਿਸੇ ਕੋ ਫੈਂਟੀ ਖਵਾਉਣ ਵਾਲੀਆਂ ਗੱਲਾਂ ਕਰ ਰਹੇ ਆ ਗੱਲਾਂ ਹੀ ਕਰੀ ਜਾਂਦੇ ਆ
ਸੁਲਤਾਨ ਰਹੀ ਕਬਰ ਦੇ ਸਿਰਹਾਣੇ ਖਲੋ ਕੇ ਕਹਿੰਦਾ ਰੋਸ਼ਨਾ ਓ ਸੁੱਤਿਆ ਰੋਸ਼ਨਾ ਤੇ ਤੂੰ ਉੱਥੇ ਕਿੱਥੇ ਸਾਂ ਕਬਰ ਚ ਮੈਨੂੰ ਲਾਤ ਰੱਖਿਆ ਘੋੜੇ ਵਾਲਾ ਬੱਚਾ ਅੱਲਾ ਕਿਤੇ ਸਾਰੀ ਜ਼ਿੰਦਗੀ ਉੱਥੇ ਹੀ ਸ਼ੂਟਿੰਗ ਹੁੰਦੀ ਰਵੇ ਤੇਰੀ ਮਰੇ ਤੂੰ ਮੁੱਖੋ ਇਹਨਾਂ ਦਾ ਜ਼ਰਾ ਇੰਟਰਵਿਊ ਲੈ ਅਲਹਮਦੁਲਿਲਾ ਸਾਨੂੰ ਵੀ ਇਸ ਦਫ਼ਤਰੋਂ ਆਵਾਜ਼ ਪਈ ਓਏ ਮਰਸੀਓ ਜੀ ਭੱਟੀ ਸਾਹਿਬ ਕੀ ਨਾਂ ਨੇ ਤੁਹਾਡੇ ਨਜ਼ਰ ਹੁਸੈਨ ਨਿਆਜ਼ ਹੁਸੈਨ ਫਜ਼ਲ ਹੁਸੈਨ ਬੜੇ ਸਦਕੇ ਵਾਲੇ ਨਾਂ ਨੇ ਰੱਬ ਕਰੇ ਵੰਡੇ ਜਾਓ ਅੱਲਾ ਕਰੇ ਸਾਡੀ ਵੰਡੀ ਚ ਤੂੰ ਹੀ ਆਵੇਂ ਨਾ ਨਾ ਚੰਗੇ ਨਾ ਪਿੰਡੇ ਚੰਗੇ ਨਾ ਕੰਮ ਚੰਗੇ ਆ ਤੇ ਚੰਗੀ ਹੈ ਭਰਾਵਾਂ ਨੂੰ ਭੈਣਾਂ ਚੰਗੀਆਂ ਹੀ ਲੱਗਦੀਆਂ ਹੁੰਦੀਆਂ ਨੇ ਬੱਚਿਆ ਸਾਡੇ ਚ ਭੈਣ ਦਾ ਰਿਵਾਜ ਹੀ ਨੀ ਹੈਗਾ ਨਾਸ਼ਤਾ ਕਰਨਾ ਤੁਸੀਂ ਤਾਂ ਠੀਕ ਹੈ ਇਹ ਸਰਕਾਰ ਕੁਛ ਨੀ ਬਸ ਗਰੀਬ ਮੁਲਕ ਦਾ ਬੰਬ ਜੇ ਉੱਠ ਵਾਜੇ ਵਜਾ ਉਹ ਕਿੱਥੇ ਲੈਣੇ ਸੀ ਹੋਇਆ ਤੁਹਾਡੇ ਏਰੀਆ ਦੇ ਕੀ ਗੱਲ ਇਹਨੇ ਸਰਗੋਧਾ ਫੜ ਲਿਆ ਜਿਉਂਦਾ ਰੋ ਉੱਥੋਂ ਹੀ ਭੈਣ ਨੂੰ ਖੁਰਚਣ ਲੱਗਾ ਉਹ ਖੁਰਚਦਾ ਨੀ ਉਹ ਭੈਣ ਦੀ ਸ਼ੇਪ ਕਰਨ ਡਿਆ ਸੀ ਤੇਰੀ ਵੀ ਨਾਈਆਂ ਦੀ ਤਬੀਅਤ ਇਹ ਬੱਚਾ ਇਸ ਕਾਂਡਲ ਜਾ ਕੇ ਬੜਾ ਰੋਂਦਾ ਇੱਥੇ ਕਰਦੇ ਹਾਲਾਤ ਲਿਖੇ ਨੇ ਜੀ ਸਰਕਾਰ ਆਪਾ ਜੀ ਦੇ ਮਾਮਾ ਜੀ ਛੇਤੀ ਨਾਲ ਮੇਰੇ ਵੀਰ ਨੂੰ ਬੁਲਾਓ ਮੈਂ ਇਹਨਾਂ ਨੂੰ ਇੱਟ ਮਾਰਨੀ ਹੈ ਨਹੀਂ ਤੂੰ ਕਿਹਾ ਜੀ ਭੈਣ ਹੈ ਜਿਹੜੀ ਆਪਣੇ ਵੀਰਾਂ ਨੂੰ ਇੱਟ ਮਾਰਨੀ ਹੈ ਅਸੀਂ ਆਪਣੇ ਵੀਰਾਂ ਨੂੰ ਇਸੇ ਤਰ੍ਹਾਂ ਹੀ ਲਾਡ ਕਰਨੀ ਆ ਇੱਟ ਮਾਰਾਂਗੇ ਐ ਮਾਲੇ ਚੱਟ ਦਾ ਕਾਰੇ ਮਾਲੇ ਪੰਡ ਦਾ ਨਹੀਂ ਤੇ ਸਰਕਾਰ ਅਸੀਂ ਜੂ ਆ ਗਏ ਆ ਅੱਧੇ ਘੰਟੇ ਬਾਅਦ ਮੌਲੇ ਜੱਟ ਤੇ ਗੱਲ ਚ ਵੀ ਵਾਜਾ ਨਾ ਹੋਇਆ ਸਾਡੀ ਜ਼ਿੰਦਗੀ ਤੇ ਲਾਨਤ ਪਾ ਦੇਣਾ ਆ ਮਰਾਸੀਓ ਕਹੀ ਜਾਓ ਸਾਨੂੰ ਆਰਾਮ ਆਉਣ ਡਿਆ ਜੇ ਅੱਜ ਕੋਈ ਗੌਣ ਸੁਣਾਓ ਸਾਡੀ ਤਬੀਤ ਗੌਣ ਸੁਣਨ ਤੇ ਪਈ ਕਰਦੀ ਏ ਤੁਹਾਨੂੰ ਗਾਣਾ ਅਸੀਂ ਸੁਣਾਈਏ ਬੇਸ਼ੱਕ ਸ਼ਰਮਿੰਦਾ ਨਹੀਂ ਕਰੀਦਾ ਕਿਸੇ ਨੂੰ ਲੇਕਿਨ ਤੁਸੀਂ ਫਰਮਾਇਆ ਹੁਣ ਮੈਂ ਅੱਖਾਂ ਮੋੜਿਆ ਵੀ ਨਹੀਂ ਜਾ ਸਕਦਾ ਬਈ ਫੇਲਣ ਦਾ ਬੁੱਧ ਜੋਰ ਸੀ ਆਇਓ ਜਿੱਤੇ ਦਮ ਲਗਾਈ ਇੱਕ ਮੰਗੇ ਆਪਾ ਚਾਹਤੇ ਤੂੰ ਚਾ ਬਣਿਆ ਜਵਾਈ ਕਰਕ ਦਿਨ ਤੁਸੀਂ ਡਿੱਗਦੇ ਨੀ ਮੈਂ ਤੁਹਾਨੂੰ ਇਸੇ ਤਰ੍ਹਾਂ ਗੁਜਰਾਂ ਵਾਲੇ ਲੈ ਜਾਵਾਂਗਾ ਹਲਾ ਬਾਈ ਖਿੱਚੀਆਂ ਨਸਾਂ ਵਾਲਿਆ ਸਿਆਣਿਆ ਕੀ ਹੋਇਆ ਭਾ ਮੈਂ ਕਿ ਵੀ ਜਾ ਰਿਹਾ ਤੇ ਆਪਣੇ ਸ਼ਹਿਰ ਨੂੰ ਤੇ ਹੋਰ ਕੰਮ ਆਏ ਤਾਂ ਰਿਛਰੇ ਵੱਲ ਭੇਜ ਵਾ ਲੈ ਕੇ ਵੀ ਚੱਲਾਂ ਤੇ ਆਪਣੇ ਸ਼ਹਿਰ ਨੂੰ ਹੋਰ ਇਹੋ ਜੀ ਜੰਡ ਕਾਮੋ ਕੀ ਲਿਜਾ ਕੇ ਲੁਟਵਾਉਣੀ ਹੂੰ ਖਾਨਾ ਖਰਾਬਾ ਵੀ ਆਪਣੀ ਤਹਿਸੀਲ ਹੈ ਮੈਂ ਤਹਿਸੀਲ ਦਾ ਇਤਬਾਰ ਨਹੀਂ ਕਰਦਾ ਜ਼ਿਲ੍ਹਾ ਜ਼ਿਲ੍ਹਾ ਹੀ ਹੁੰਦਾ ਹੈ ਇੱਕ ਬਣ ਕੇ ਜਾ ਬਾਦਸ਼ਾਹ ਦੇ ਡੱਪ ਕਰੀਏ ਹਾਂਜੀ ਅੱਜ ਡੱਪ ਤੇ ਕਰ ਇੱਕ ਬਣ ਕੇ ਜਾ ਬਾਦਸ਼ਾਹ ਦੇ ਜਾ ਬਣਿਆ ਜਪਾਈ ਕਨਕ ਸਿੰਘ ਚੂਰ ਸ਼ਾਬਾ ਸ਼ਾਬਾ ਪਰ ਕੇ ਪੈਣ ਲੱਗੀ ਹੂੰ ਉਹਨਾਂ ਨੇ ਹਲੇ ਇੱਕ ਆਖੇ ਤੇ ਕਿੱਡਾ ਸ਼ੌਕ ਹੈ ਵਿਕਟ ਕੀਪਰ ਬਣਨ ਦਾ ਚੋਲਨ ਦਾ ਪੁੱਤ ਚੋਰ ਦੀ ਅੜੀਓ ਜਿੱਥੇ ਤਨ ਲਗਾਈ ਮਰ ਜਾਓ ਅਮਨ ਕਰੋ ਇਹਦੇ ਚ ਵੇਖੋ ਕੀ ਤਸਵੀਰ ਆਹ ਮੇਰੇ ਨਾਲ ਖੇਡਦੀ ਹੈ ਕਮਾਲ ਹੈ ਕਈ ਟੀਮਾਂ ਵੈਸਟ ਇੰਡੀਜ਼ ਨਾਲ ਖੇਡਦੀਆਂ ਨੇ
ਮਰਾਂ ਤੂੰ ਨਾ ਬਾਜੀ ਬਹਿ ਜਾ ਉੱਥੇ ਤੁਰ ਗਈ ਜਿੰਨਾ ਧੀ ਦਾ ਪੁੱਤਰ ਦਾ ਕੰਮ ਤੁਰ ਗਈ ਏ ਤੁਸੀਂ ਵੀ ਆਰਾਮ ਲਵੋ ਫਿਰੀ ਜਾਂਦੇ ਹੋ ਦੁਨੀਆ ਤੇ ਤੁਹਾਡੇ ਬਾਰੇ ਤੇ ਮੌਲਾ ਦਾ ਫਰਮਾਨ ਹੈ ਕਿਆਮਤ ਤੋਂ ਇੱਕ ਘੰਟਾ ਪਹਿਲੇ ਆਏਗਾ ਕਿਆਮਤ ਤੇਰੇ ਪਿੱਛੇ ਆਈ ਆ ਮੈਂ ਆਪਣੀ ਬਣਾ ਲੈ ਮੈਨੂੰ ਸਭ ਲਈ ਪਰਾਇਆ ਮੈਂ ਤਾਰਿਆਂ ਦੇ ਦੇਸ਼ ਵਿੱਚੋਂ ਤੇਰੇ ਪਿੱਛੇ किस किस्म की चीजें आपको लोग समझ लीजिए किस किस्म लोग कौन से पसंद क्योंकि मुझे कभी किसी ने पूछा कि आपको किस किस्म के लोग नहीं पसंद तो मैंने कहा वो तमाम प्रोड्यूसर जो मुझे पैसे नहीं देते टाइम पे वो मुझे नहीं सारे जी कितने गाने गा चुके हैं अप्रॉक्सीमेटली आप मैंने तकरीबन 300-400 गाना तो गा ही लिया 300-400 गाना उफ सारा याद है घबराने वाली क्या बात नहीं याद सारा नहीं याद तो सारा नहीं जो हिट काम होता है वो याद होता है ਸਾਡੇ ਦਿਲ ਦਾ ਪਰੋਣਾ ਕੋਈ ਨਾ ਤੈਨੂੰ ਚੋਰੀਆਂ ਚ ਪਾਵਾਵੇ ਹਾਏ ਉੱਠ ਕੋਠੇ ਤੂੰ ਕਾਵਾਵੇ ਮੇਰਾ ਦਿਲ ਬਣ ਜਾਣੀ ਬੁੱਲੀਆਂ ਤੇ ਪਿਆਰ ਕਹਾਣੀ ਸਾਬਾ ਚ ਆਇਆ आजकल जो मौसीकार हैं वो तो हैं ही इनमें एक एक आधा मौसीकार ऐसे होता है ना जिससे आप जिसके साथ आपकी एक इक्वेशन होती है एक रेपो मिलती है आप बड़ा कंफर्टेबल फील करते हो उसके लिए परफॉर्म करना कोई ऐसा है जी एमर्शा साहब सिर्फ एमर्शा साहब ही हैं बड़े अच्छे तरीके से काम करवाते हैं बड़ी ऑनेस्ट किस्म की ओपिनियन है क्योंकि अक्सर कभी किसी से पूछा जाए तो वो कहता है नहीं जी सारे चंगे ने मैं थे सारे नाल काम करते अच्छे सारे मेरे आज चांदा रहा है तन पे सितारे सजा लूं होठों पे लाली खोल सुटा चूड़ियां ते खोल सुटा बाल छड़ के न जावी मैनू ले चलना तोड़ सुटा चूड़ियां ते खोल सुटा बाल छड़ के न जावी ਕੈਂਸਰ ਆ
ਨਜ਼ਰ ਸੈਨ ਅਜੀਬੇ ਨੇ ਆਉ ਤੁਸੀਂ ਫਜ਼ਲ ਸੈਨ ਗੁਨਾਹਾਂ ਦੀ ਮਾਫੀ ਮੰਗ ਲਓ ਕਿਉਂ ਕਿਆਮਤ ਆਉਣ ਚ ਡੇਢ ਮਿੰਟ ਰਹਿ ਗਿਆ ਜੇ ਯਾ ਅਲੀ ਆ ਤੇ ਇੱਕ ਦੀ ਫੀਸ ਹੈ ਨਾ ਉਧਰ ਮਾਈਕਲ ਜੈਕਸਨ ਇਧਰ ਸਾਈਕਲ ਜੈਕਸਨ ਓਏ ਕੌਣ ਹੈ ਆਹਾ ਕਿਸੇ ਪੁਰਾਣੀ ਮਾਈ ਦੀ ਗੁੱਤ ਲੱਗਦੀ ਮੈਨੂੰ ਤੇ ਗੌਰ ਨਾ ਵੇਖ ਅੱਗੇ ਕਾਖੇ ਧਿਆਨ ਕਰ ਲੈ ਓਏ ਕੁਝ ਵੀ ਨਹੀਂ ਤੁਹਾਨੂੰ ਭੁਲੇਖਾ ਇਹ ਐਵੇਂ ਕਿਸੇ ਅਫਸ਼ੀ ਨੇ ਚਿੰਗਮ ਖਾ ਕੇ ਤੇ ਖਿੱਚ ਦਿੱਤੀ ਓ ਨਹੀਂ ਨਹੀਂ ਨੂੰ ਗੌਰ ਨਾਲ ਵੇਖ ਓਏ ਸ਼੍ਰੀਲੰਕਾ ਦਾ ਖੁਸਰਾ ਜੇ ਖੁਸਰਾ ਵੀ ਉਸ ਇਲਾਕੇ ਦਾ ਬਣਾਈ ਜਿੱਥੇ ਵੇਲ ਦਾ ਰਿਵਾਜ ਹੀ ਨਹੀਂ ਹੈਗਾ ਇਹ ਵਧਾਈ ਮੰਗਣ ਜਾਏ ਅਗਲੇ ਦੋ ਨਾਰੀਅਲ ਫੜਾ ਦੇਣ ਫੇਰ ਆਪਣੇ ਮੁਝੇ ਪਹਿਚਾਨਾ ਹੀ ਨਹੀਂ ਇੰਜ ਨਾ ਇੰਜ ਮਈਏ ਦੱਸਦੀ ਹੈ ਸ਼ੀਦਿਆ ਰਾਜੀ ਹੋਏ ਤਗੜਾ ਮੇਰਾ ਪੁੱਤ ਕੁੱਟ ਕੇ ਜੱਫੀ ਪਾ ਸੌਰੀ ਦਿਆ ਮੈਂ ਸਵੇਰੇ ਨਾ ਲਵਾਂਗਾ ਆਪਣਾ ਆਸਾਨ ਤੇ ਲਾਓ ਮੇਰੇ ਤੋਂ ਹੋਰ ਸ਼ੀਦਿਆ ਤੁਸੀਂ ਸੁਣਾਓ ਲੰਮਾ ਪਾਓ ਤੈਨੂੰ ਯਾਸੀਨ ਸੁਣਾਵਾਂ ਮੈਨੂੰ ਘਰੋਂ ਮਾਰਨ ਆਇਓ ਰਾਜੀ ਇੱਧਰ ਆ ਜਾ ਆ ਜਾ ਪੁਰਛਾਵੇਂ ਵਾਲੀਏ ਬਾਂਦਰੀਆ ਇੱਧਰ ਵੀ ਆ ਜਾ ਤੀਨ ਏਕੜਾ ਰਾਜੀ ਮੈਂ ਕਿਹਾ ਮਾਮਾ ਜੀ ਅਗਰ ਇਹ ਕੰਮ ਨਹੀਂ ਚੱਲਦਾ ਤੇ ਇਹਦੇ ਚ ਕੁਲਫਾ ਹੀ ਲਾ ਲਓ ਆ ਕੁਲਫਾ ਲਾ ਲਓ ਤਾਂ ਕਿ ਮੱਖੀ ਦੀ ਮੌਜ ਰਵੇ ਤੂੰ ਮਾਝਾ ਆਪ ਤੋਂ ਮਿਰਾਸੀਓ ਕੀ ਤਰ੍ਹਾਂ ਜੁਗਤੇ ਕਰ ਰਹੇ ਬਾਜੀ ਬਾਜ ਟਵਾਣਾ ਸਾਹਿਬ ਅੱਛਾ ਅਸੀਂ ਮਿਰਾਸੀ ਆ ਬੱਚਿਆ ਉਹ ਚੱਲ ਅਸੀਂ ਤੇ ਬਣੇ ਆ ਤੇ ਤੂੰ ਤੇ ਅੱਲਾ ਲੈ ਮਾਮਾ ਜੀ ਇੱਧਰ ਤੇ ਆ ਤੁਹਾਡੇ ਸਦਕੇ ਜਾਵਾਂ ਬਈ ਜਾਂ ਸੱਜਾ ਕੰਮ ਕਰਦਾ ਜਾਂ ਖੱਬਾ ਫਰੰਟ ਤੁਹਾਡਾ ਕੰਮ ਨਹੀਂ ਕਰਦਾ ਮੁਨਾਫਕਾਂ ਵਾਲੀ ਮਿਲਣੀ ਇਧਰੋਂ ਭਾਈ ਫੇਰੂ ਇਧਰੋਂ ਸ਼ੇਖੂਪੁਰਾ ਸਿੱਧਾ ਮਿਲੋ ਜਿਵੇਂ ਪੰਜਾਬ ਮਿਲਦਾ ਭਾਈ ਫੇਰੂ ਕਿਹੜਾ ਗਿਆ ਸ਼ੇਖੂਪੁਰਾ ਤੇ ਵਿੱਚ ਸੰਗਲਾ ਹਿੱਲ ਸੰਗਲਾ ਹਿੱਲ ਦਾ ਕੋਈ ਕਸੂਰ ਨਹੀਂ ਕਾਲਾ ਸ਼ਾ ਕਾਕੂ ਮੈਂ ਫੇਰ ਦੇਣਾ ਇੱਥੇ ਹੋਰ ਮਾਮਾ ਜੀ ਤੇ ਚਾਚਾ ਜੀ ਵੈਰੀ ਗੁੱਡ ਓਏ ਵੱਡੀ ਨਹੀਂ ਹੋਈ ਅਜੇ ਪੁੱਤਰ ਤੇਰੀ ਛੋਟੀ ਭੈਣ ਹੈ ਪੁੱਛ ਤੂੰ ਨਾਨਕਿਆਂ ਵਾਲੇ ਮੈਨੂੰ ਹੁਣ ਕਾਹਦਾ ਫਿਕਰ ਹੈ ਪੁੱਤਰ ਸਾਡਾ ਤੇ ਤੇਰੀ ਕੀ ਲੱਗੀ ਮੇਰੀ ਕੋਈ ਮੈਂ ਇਹਨੂੰ ਲੰਮਿਆਂ ਪਾ ਦਿਓ ਨਹੀਂ ਰੋਂਦੀ ਤੇ ਤੈਨੂੰ ਕਿਉਂ ਨਾ ਲੰਮਿਆਂ ਪਾਈਏ ਉੱਥੇ ਰੱਖ ਅੱਛਾ ਤੁਸੀਂ ਮਾਮੇ ਹੋ ਮੇਰੇ ਕੀ ਹੋ ਗਿਆ ਤੁਹਾਨੂੰ ਅਸੀਂ ਮਾਮੇ ਆ ਤੇਰੇ ਹਾਂਜੀ ਅੱਲਾ ਉਹ ਭੈਣ ਮਰੇ ਜਿਹਨੇ ਇਹ ਹਰਕਤ ਕੀਤੀ ਉਹ ਨਿਆਂ ਨੂੰ ਸਾਡਾ ਕਦੋਂ ਬਚੀ ਸੀ ਹਾਂਜੀ ਇਹਨੂੰ ਜੰਮਦੇ ਹੀ ਫੁੜਕ ਕੇ ਜਾ ਪਈ ਇਹ ਜੰਮਿਆ ਮੱਲੇ ਦੀਆਂ ਔਰਤਾਂ ਮੁਬਾਰਕ ਦੇਣਾ ਹੀ ਭੈਣਾਂ ਮੁਬਾਰਕ ਹੋ ਵੀ ਮਾਨ ਦੀ ਵਖਾਰ ਮੁਬਾਰਕ ਇਹ ਜੰਮਿਆ ਕੀ